ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਧਾਰਮਿਕ ਕਿਤਾਬ ਨੂੰ ਸੰਬੋਧਨ ਕਰਨ ਤੇ ਹੁਣ ਸਿਆਸਤ ਗਰਮਾ ਗਈ। ਮਨਪ੍ਰੀਤ ਬਾਦਲ ਨੇ ਇਸ ਬਿਆਨ ਦੇ ਬੀਬੀ ਜਗੀਰ ਕੌਰ ਨੇ ਕਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੰਦਾ ਗੁਰੂ ਹਨ ਅਤੇ ਜਿੰਦਾ ਗੁਰੂ ਦੇ ਬਾਰੇ ਵਿੱਚ ਕਿਸੇ ਦੁਆਰਾ ਅਜਿਹਾ ਬਿਆਨ ਦੇਣਾ ਅਤੇ ਉਹ ਵੀ ਇੱਕ ਅਜਿਹੇ ਆਦਮੀ ਦੁਆਰਾ ਜੋ ਕਿ ਖਾਸ ਦਰਜੇ ਤੇ ਹੈ, ਕਾਫੀ ਸ਼ਰਮਨਾਕ ਹੈ ਅਤੇ ਇਸ ਦੀ ਜਿੰਨੀ ਵੀ ਨਿੰਦਾ ਹੋਵੇ ਉਹ ਘੱਟ ਹੈ। ਬੀਬੀ ਜਗੀਰ ਕੌਰ ਮੁਤਾਬਿਕ ਅਜਿਹੇ ਬਿਆਨ ਦੇਣ ਨਾਲ ਇਹ ਸਾਫ਼ ਹੋ ਜਾਂਦਾ ਹੈ ਕਿ ਉਕਤ ਆਦਮੀ ਦੀ ਗੁਰੂ ਜੀ ਪ੍ਰਤੀ ਕੀ ਸ਼ਰਧਾ ਹੈ। ਮਨਪ੍ਰੀਤ ਦੇ ਬਿਆਨ ਨਾਲ ਪੂਰੇ ਸਿੱਖ ਜਗਤ ਨੂੰ ਠੇਸ ਲੱਗੀ ਹੈ, ਜਿਸ ਲਈ ਮਨਪ੍ਰੀਤ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਅਪੀਲ ਕੀਤੀ ਕਿ ਉਹ ਇੱਕ ਆਦੇਸ਼ ਜਾਰੀ ਕਰਨ ਤਾਂ ਕਿ ਕੋਈ ਅਜਿਹਾ ਬਿਆਨ ਨਾ ਦੇ ਸਕਣ। ਅਤੇ ਕੱਲ੍ਹ SDPS ਦੀ ਮੀਟਿੰਗ ਹੋਈ ਜਿਸ ਵਿੱਚ ਇਹ ਮੁੱਦਾ ਵਿਚਾਰ ਕੀਤਾ ਜਾਵੇਗਾ। ਇਸ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਤੇ ਬੋਲਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕਾਂਗਰਸ ਦਾ ਏਜੰਟ ਹੈ। ਇਹ ਰਿਪੋਰਟ ਫਰਜ਼ੀ ਤਿਆਰ ਕੀਤੀ ਗਈ ਹੈ। ਉਸਦਾ ਮਕਸਦ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਹੈ। ਅਕਾਲੀ ਦਲ ਵਿੱਚ ਪਹਿਲੇ ਹੀ ਸਾਫ਼ ਹੋ ਚੁੱਕਿਆ ਹੈ ਅਤੇ ਰਿਪੋਰਟ ਲੀਕ ਹੋਣ ਤੋਂ ਬਾਅਦ ਸਭ ਸਾਹਮਣੇ ਆ ਚੁੱਕਿਆ ਹੈ। ਕਾਂਗਰਸ ਦੇ ਇਸ਼ਾਰੇ ਦੇ ਉੱਤੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਘਰ ਵਿੱਚ ਰਿਪੋਰਟ ਤਿਆਰ ਹੁੰਦੀ ਹੈ, ਉਹ ਉਹਨੇ ਤਿਆਰ ਕਰਨੀ ਸੀ। ਇਹ ਸਾਨੂੰ ਪਹਿਲਾਂ ਹੀ ਪਤਾ ਸੀ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਤੋਂ ਇਹਨੂੰ ਰੱਦ ਕੀਤਾ ਸੀਗਾ ਕਿ ਅਸੀਂ ਇਹਨੂੰ ਨਹੀਂ ਮੰਨਦੇ। ਕੋਈ ਉਹੋ ਜਿਹਾ ਵਿਅਕਤੀ ਲਾਇਆ ਜਾਵੇ ਜਿਹੜਾ ਕਿਸੇ ਪਾਰਟੀ ਨਾਲ ਸੰਬੰਧਿਤ ਨਾ ਹੋਵੇ, ਜਿਹੜਾ ਬਿਲਕੁਲ ਆਪਣੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਮੈਰਿਟ ਦੇ ਆਧਾਰ ਦੇ ਉੱਤੇ ਕੰਮ ਕਰੇ, ਉਹਦੀ ਯੋਗਤਾ ਇੰਨੀ ਹੋਣੀ ਚਾਹੀਦੀ ਹੈ। ਪਰ ਇਹਨਾਂ ਸਾਰਿਆਂ ਨੂੰ ਪਤਾ ਸੀਗਾ ਪਹਿਲਾਂ ਦਾ ਵੀ ਇਹ ਸਰਦਾਰ ਸੁਖਪਾਲ ਸਿੰਘ ਖਹਿਰੇ ਦਾ ਜੀਜਾ, ਜਿਹਨੇ 20-25 ਸਾਲ ਲਗਾਤਾਰ ਕਾਂਗਰਸ ਦੇ ਵਿੱਚ ਰਹੇ ਆ। ਸੋ ਮੈਂ ਸਮਝਦੀ ਹਾਂ ਕਿ ਜਸਟਿਸ ਰਣਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਜੀ ਨੂੰ ਜਿੱਥੇ ਉਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ, ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਉੱਥੇ ਅੱਜ ਕੌਮ ਨੂੰ ਗੁੰਮਰਾਹ ਕੀਤਾ ਉਹਨਾਂ ਨੇ, ਤਾਂਹੀਓ ਅੱਜ ਸਾਡੇ MLA ਸਾਹਿਬਾਨ ਸਪੀਕਰ ਸਾਹਿਬ ਕੋਲ ਗਏ ਹੈ ਕਿ ਇਹਨਾਂ ਦੇ ਜਿਹੜਾ ਪ੍ਰਿਵਿਲੇਜ ਹੈ ਉਹ ਪਾਸ ਕੀਤਾ ਜਾਵੇ। ਬਿਊਰੋ ਰਿਪੋਰਟ, ਦਾ NY TV।